ਪੰਜਾਬ ਦੇ ਵਿੱਚ ਕਰਫਿਊ ਲੱਗੇ ਹੋਣ ਦੇ ਬਾਵਜੂਦ ਅਤੇ ਪੁਲਿਸ ਦੇ ਮਨਾ ਕਰਨ ਦੇ ਬਾਵਜੂਦ ਵੀ ਕੁਝ ਲੋਕਾਂ ਦੇ ਵੱਲੋਂ ਸ਼ਰੇਆਮ ਕਰਫਿਊ ਦੀਆਂ ਧੱਜੀਆਂ ਉਡਾਈਆਂ ਗਈਆਂ। ਮਾਮਲਾ ਸੰਗਰੂਰ ਦੇ ਧੂਰੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ 27 ਅਪ੍ਰੈਲ ਨੂੰ ਇੱਕ ਹਾਦਸੇ ਦੇ ਵਿੱਚ ਮਾਰੇ ਗਏ ਦੋ ਲੋਕਾਂ ਦਾ ਅੰਤਮ ਸੰਸਕਾਰ ਕੀਤਾ ਗਿਆ, ਜਿਸ ਵਿੱਚ ਕਰਫਿਊ ਲੱਗਾ ਹੋਇਆ ਸੀ ਅਤੇ ਪੁਲਿਸ ਨੇ ਰੋਕਣ ਦੀ ਵੀ ਵੱਡੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਵੀ ਲੋਕ ਵੱਡੀ ਗਿਣਤੀ 'ਚ ਇੱਥੇ ਸ਼ਾਮਲ ਹੋਏ। ਜ਼ਿਕਰੇ ਖਾਸ ਹੈ ਕਿ 45 ਔਰਤਾਂ ਅਤੇ 44 ਆਦਮੀ ਇਸ ਸੰਸਕਾਰ ਦੇ ਵਿੱਚ ਸ਼ਾਮਲ ਹੋਏ ਸਨ, ਜਿਨ੍ਹਾਂ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਬਾਅਦ ਦੇ ਵਿੱਚ ਜ਼ਮਾਨਤ 'ਤੇ ਉਹਨਾਂ ਨੂੰ ਛੱਡ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਉਸ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਕਰਮਜੀਤ ਸਿੰਘ ਅਲੀ ਕਰਮਾ ਸਾਨੂੰ ਬਾਬਾ ਸਿੰਘ ਅਤੇ ਲੀਲਾ ਪਤਨੀ ਕਾਲਾ ਸਿੰਘ ਸਾਂਸੀ ਬਸਤੀ ਧੂਰੀ ਦੇ ਰਹਿਣ ਵਾਲੇ ਸੀਗੇ, ਜਿਨ੍ਹਾਂ ਦਾ ਚੀਟਾਂ ਵਾਲਾ ਥਾਣਾ ਨਾਭਾ ਦੇ ਇਲਾਕੇ ਵਿੱਚ ਐਕਸੀਡੈਂਟ ਹੋ ਗਿਆ ਸੀ ਅਤੇ ਐਕਸੀਡੈਂਟ ਦੌਰਾਨ ਹੀ ਮੌਤ ਹੋ ਗਈ ਸੀ। ਪਰਸੋਂ ਜੋ ਮਿਤੀ 27/4/2020 ਨੂੰ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਅਤੇ ਰਿਸ਼ਤੇਦਾਰ ਇਕੱਠੇ ਹੋ ਕੇ ਇਹਨਾਂ ਦਾ ਰਾਮਬਾਗ ਧੂਰੀ ਵਿੱਚ ਸੰਸਕਾਰ ਕਰਨ ਲਈ ਤਿਆਰੀ ਕੀਤੀ ਸੀ ਇਹਨਾਂ ਨੇ, ਜਿਸ 'ਤੇ ਅਸੀਂ ਇਹਨਾਂ ਨੂੰ ਸੁਝਾਇਆ ਸੀ ਵੀ ਤੁਸੀਂ ਇਕੱਠੇ ਨਹੀਂ ਹੋ ਸਕਦੇ, ਸੋਸ਼ਲ ਡਿਸਟੈਂਸਿੰਗ ਰੱਖਣੀ ਪੈਣੀ, ਇਸ ਲਈ 144 ਲੱਗੀ ਹੋਈ ਹੈ ਅਤੇ ਤੁਸੀਂ ਸੰਸਕਾਰ ਪੰਜ ਸੱਤ ਮੈਂਬਰ ਹੋ ਕੇ ਕਰ ਲਓ, ਉਹ ਵੀ ਦੂਰ ਰਹੋ। ਪਰ ਇਹ ਨਹੀਂ ਮੰਨੇ ਤਾਂ ਜਿਸ 'ਤੇ ਅਸੀਂ ਇਹਨਾਂ ਦੇ ਖਿਲਾਫ 188 IPC ਤਹਿਤ ਮੁਕੱਦਮਾ ਥਾਣਾ ਧੂਰੀ ਸਿਟੀ ਵਿਖੇ ਦਰਜ ਕੀਤਾ ਅਤੇ 45 ਲੇਡੀਜ਼ ਅਤੇ 44 ਵਿਅਕਤੀਆਂ ਨੂੰ ਕਬਜ਼ੇ 'ਚ ਗ੍ਰਿਫਤਾਰ ਕੀਤਾ, ਜਿਨ੍ਹਾਂ ਨੂੰ ਪਹਿਲਾਂ ਖੁੱਲ੍ਹੀ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਮੁੜ ਕੇ ਜੋ ਜਿਵੇਂ ਜਿਵੇਂ ਇਹਨਾਂ ਦੇ ਜਮਾਤੀ ਆਉਂਦੇ ਰਹੇ ਇਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ। ਇਹਨਾਂ ਦੀ ਜਮਾਨਤ ਹੋ ਚੁੱਕੀ ਹੈ ਸਾਰਿਆਂ ਦੀ ਅਤੇ ਹੁਣ ਇਹ ਅਸੀਂ ਬਰਜਮਾਨਤ ਰਿਹਾ ਕਰਦੇ ਨੇ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।